बस अड्डे के बाहर खड़ी यह सरकारी बस और बस चो निकल के बाहर जा रही सवारियां अक्सर जिथे इस थान पर बसों का स्टॉपेज एक दो मिनट का होंगे उत्थे अज मजबूरन इस बस में लंबे समय तक रोकना पै गया। कारण जान के तुसी भी हैरान रह जाओगे। पहला तुसी इस व्यक्ति की मदद के नाल तुरी आ रही इस औरत नू देखो जिसनू सवारियां की मदद के नाल एम्बूलेंस च बिठा के हस्पताल पहुँचाया जा रहा है। ये उही औरत है जिसने बस च सफ़र के दौरान ही बच्ची नू जन्म दिता है। पर शुक्र है कि इस बस च सेहत महकमे की औरत मौजूद सी। ਸਾਨੂੰ ਤਕਰੀਬਨ ਅੱਧਾ ਘੰਟਾ ਪਹਿਲਾਂ ਕਾਲ ਆਈ ਸੀ ਕਿ ਬੱਸ ਸਟੈਂਡ 'ਤੇ ਨਾ ਇੱਕ ਸਰਕਾਰੀ ਬੱਸ ਦੇ ਵਿੱਚ ਡਿਲੀਵਰੀ ਹੋਣ ਵਾਲੀ ਹੈ ਕਿਸੇ ਲੇਡੀਜ਼ ਦੀ ਅਤੇ ਸਾਡੇ ਜਾਣ ਤੋਂ ਪਹਿਲਾਂ ਡਿਲੀਵਰੀ ਹੋ ਚੁੱਕੀ ਸੀ ਜੀ ਅਤੇ ਫਿਰ ਆਪਾਂ ਜਾ ਕੇ ਉਹਨਾਂ ਦਾ ਜਿੱਦਾਂ ਫੋਨ ਨੰਬਰ ਲਾ ਕੇ ਉਹਨੇ ਡਿਲੀਵਰੀ ਬੱਸ ਦੇ ਵਿੱਚ ਹੀ ਕਰਵਾਈ ਐਂਬੂਲੈਂਸ ਦੇ ਵਿੱਚ ਲੈ ਕੇ ਉਹਨਾਂ ਸਿਵਲ ਹਸਪਤਾਲ ਤੋਂ ਮਾੜੇ ਦੀ ਐਮਰਜੈਂਸੀ ਉਹਨਾਂ ਨੂੰ ਐਡਮਿਟ ਕਰਵਾ ਦਿੱਤਾ ਜੀ। ਬੱਚਾ ਅਤੇ ਲੇਡੀਜ਼ ਦੋਨੇ ਠੀਕ ਠਾਕ ਹੈ? ਹਾਂਜੀ ਬਿਲਕੁਲ ਠੀਕ। ਕਿੱਦਾਂ ਨੋਰਮਲ ਡਿਲੀਵਰੀ ਹੋਈ? ਨੋਰਮਲ ਡਿਲੀਵਰੀ। ਕਿਹਨਾਂ ਨੇ ਕੀਤੀ ਉੱਥੇ ਕੋਈ ਪਤਾ ਲੱਗਾ ਮੁਕੇ ਤੇ ਲੇਡੀਜ਼? ਨਹੀਂ ਨਹੀਂ ਲੇਡੀਜ਼ ਨੇ ਨਹੀਂ ਕੀਤੀ ਤਾਂ ਆਪਾਂ ਹੀ ਆ ਜਾ ਕੇ ਉੱਥੇ ਡਿਲੀਵਰੀ ਜੀ। ਅੱਛਾ ਜੀ। ਹਾਂਜੀ ਨੋਰਮਲ ਡਿਲੀਵਰੀ ਹੋਈ ਨਾ ਫਿਰ ਆਪਾਂ ਬੋਰਡ ਲੰਪ ਲਾ ਕੇ ਉਹਨਾਂ ਦੇ ਦੋਨੋਂ ਸਾਈਡ ਤੇ ਠੀਕ ਆ ਕੱਟ ਕਰਕੇ ਬੱਚੇ ਨੂੰ ਲਾ ਕਰਕੇ ਉਹਨਾਂ ਨੂੰ ਇੱਥੇ ਐਡਮਿਟ ਕਰਵਾ ਦਿੱਤਾ ਸੀ। ਦੋਨੇ ਠੀਕ ਠਾਕ ਹੈ? ਹਾਂਜੀ ਬਿਲਕੁਲ। ਕਿੰਨੇ ਚਿਰ ਚ ਪਹੁੰਚ ਗਏ ਤੁਸੀਂ ਉੱਥੇ? ਆਪਾਂ ਸਰ 5 ਮਿੰਟ ਦੇ ਵਿੱਚ ਪਹੁੰਚ ਗਏ ਤੁਸੀਂ? ਹਾਂਜੀ ਇਹ ਤਾਂ ਲਾਸਟ ਮੰਥ ਚੱਲਦਾ ਪਿਆ ਸੀਗਾ ਉਹਨਾਂ ਦਾ 9th ਮੰਥ ਉਹ ਫਿਰ ਵੀ ਬੱਸ ਦੇ ਸਫ਼ਰ ਕਰਦੇ ਪਏ ਸੀ। ਉਹਨਾਂ ਨੇ ਦੱਸਿਆ ਵੀ ਕਿਹੜੀ ਜਗ੍ਹਾ ਤੋਂ ਆ ਰਹੇ ਸੀ ਤੇ ਕੀ ਨਾਮ ਸੀ ਉਹਨਾਂ ਦਾ? ਕੁਛ ਸਾਹਮਣੇ ਹੈ ਨਾਮ? ਸ਼ਿਵਾਨੀ ਨਾਮ ਉਹਨਾਂ ਦਾ। ਉਹ ਆਪਣਾ ਜਲੰਧਰ ਤੋਂ ਲੁਧਿਆਣਾ ਜਾ ਰਹੇ ਸੀ ਬੱਸ ਦੇ ਵਿੱਚ। ਲੜਕੀ ਪੈਦਾ ਹੋਈ? ਲੜਕੀ ਪੈਦਾ ਹੋਈ। ਦੋਨੇ ਠੀਕ? ਲੜਕੀ ਠੀਕ ਹੈ? ਬਿਲਕੁਲ ਠੀਕ। ਇੱਥੇ ਫੁਆੜੇ ਰੁਕਣ ਦਾ ਕਾਰਨ ਇੰਨਾ ਚਿਰ? ਫੁਆੜੇ ਤੋਂ ਲੇਡੀ ਦੇ ਬੱਚਾ ਹੋਇਆ ਸੀ। ਕਿੱਥੋਂ ਚੜੇ ਸੀ ਲੇਡੀ? ਜਲੰਧਰ ਹੋਈ ਡਿਲੀਵਰੀ। ਜਲੰਧਰ ਚਲੇ ਸੀ? ਬੱਚਾ ਵਿੱਚ ਹੋਇਆ? ਹਾਂ ਜੀ। ਠੀਕ ਠਾਕ ਗਿਆ? ਹਾਂ ਜੀ। ਤੇ ਕੋਈ ਸਹਾਇਤਾ ਮੌਕੇ ਤੇ ਕੀ ਮਿਲੀ? ਸਹਾਇਤਾ ਐਂਬੂਲੈਂਸ ਆਈ, ਐਂਬੂਲੈਂਸ ਆ ਕੇ ਬੱਚਾ ਦਿੱਤਾ, ਦੋਨੋਂ ਨੂੰ ਲੈ ਚਲੇ। ਬੱਚਾ ਵੀ ਠੀਕ ਸੀ? ਦੋਨੇ ਠੀਕ ਆ? ਕੋਈ ਪ੍ਰੋਬਲਮ ਕੀ ਆਈ? ਇੱਕ ਲੇਡੀ ਸੀ ਆਪਣੇ ਵਿੱਚ ਹੈਲਥ ਡਿਪਾਰਟਮੈਂਟ ਦੀ, ਉਹਨਾਂ ਨੇ ਸਾਰਾ ਕੁਝ ਕੀਤਾ। ਉਹਨਾਂ ਨੇ ਕੀਤਾ? ਇਹ ਮਾਮਲਾ ਇਹ ਹੈ ਜੀ, ਇੱਥੇ ਫਗਵਾੜੇ ਬੱਸ ਸਟੈਂਡ 'ਤੇ ਗੱਡੀ ਪਹੁੰਚੀ ਆ, ਰਾਹ ਦੇ ਵਿੱਚ ਕਿਸੇ ਲੇਡੀਜ਼ ਪ੍ਰੈਗਨੈਂਟ ਸੀ, ਉਹਨਾਂ ਦੇ ਬੱਚਾ ਹੋਣੇ ਵਾਲਾ ਸੀਗਾ, ਉਹ ਦਰਦਾਂ ਸ਼ੁਰੂ ਹੋ ਗਈਆਂ, ਮਤਲਬ ਫਗਵਾੜੇ ਪਹੁੰਚਦੇ ਪਹੁੰਚਦੇ ਉਹਦੇ ਬੱਚਾ ਹੋ ਗਿਆ। ਉਹ ਗਿਆ ਇੱਦਾਂ ਕੋਈ ਹੈਲਥ ਵਰਕਰ ਸੀਗੀ, ਉਹਨਾਂ ਨੇ ਹੈਲਪ ਕਰਕੇ ਬੱਚਾ ਕਰ ਦਿੱਤਾ। ਅਸੀਂ ਮੌਕੇ 'ਤੇ ਐਂਬੂਲੈਂਸ ਸੱਦ ਕੇ ਅਤੇ ਜੱਟਾਂ ਦੇ ਬੱਚਾ ਦੋਏ ਸੀ ਮਾਫ ਕਰ ਦਿੱਤੇ। ਠੀਕ ਠਾਕ ਸੀ ਦੋਨੇ? ਹਾਂ ਠੀਕ ਠਾਕ। ਸਿਵਲ ਹਸਪੀਟਲ ਫਗਵਾੜਾ ਵਿੱਚ ਇੱਕ ਮਦਰ ਜਿਹੜੀ ਜਿਸਦਾ ਨਾਂ ਸ਼ਿਵਾਨੀ, ਵਾਈਫ ਆਫ ਅਸ਼ਵੀਰ, 28 28 ਸਾਲ ਫੀਮੇਲ ਹੋਈ ਏਜ ਆ, ਉਹ ਲੁਧਿਆਣਾ ਰਹਿਣ ਵਾਲੇ ਨੇ ਅਤੇ ਉਹ ਜਲੰਧਰ ਤੋਂ ਲੁਧਿਆਣਾ ਵੱਲ ਜਾ ਰਹੇ ਸੀ। ਬੱਸ ਸਟੈਂਡ ਦੇ ਕੋਲ ਜਾ ਕੇ ਫਗਵਾੜਾ ਵਿਸ਼ਾਲ ਮੈਗਾ ਮਾਲ ਦੇ ਸਾਹਮਣੇ ਬੱਸ ਸਟੈਂਡ ਦੇ ਕੋਲ ਉਹਨੂੰ ਪ੍ਰੈਗਨੈਂਸੀ ਸੀ, ਦਰਦਾਂ ਸ਼ੁਰੂ ਹੋਈਆਂ। ਉੱਥੇ ਜਿਸ ਤਰ੍ਹਾਂ ਕਿ ਦੱਸਿਆ ਗਿਆ ਉਹਦੇ ਰਿਸ਼ਤੇਦਾਰਾਂ ਨੇ, ਅਤੇ ਉਹ ਦਰਦਾਂ ਹੋਣ ਨਾਲ ਉੱਥੇ ਬੱਚਾ ਡਿਲੀਵਰ ਕਰ ਗਿਆ। ਉੱਥੇ ਉਹ ਫਿਰ ਇਮੀਡੀਏਟਲੀ ਉੱਥੇ ਦੇ ਆਪਣੇ ਪਬਲਿਕ ਨੇ ਅਤੇ ਉਹਨੂੰ ਮਦਰ ਨੂੰ ਅਤੇ ਉਹਨਾਂ ਨੂੰ ਬੱਚੇ ਨੂੰ ਇੱਥੇ ਸਿਵਲ ਹੋਸਪਿਟਲ ਲੈ ਕੇ ਸਾਡੇ ਕੋਲ ਆ ਗਏ। ਆਉਂਦੇ ਸਾਡੇ ਸਿਵਲ ਹੋਸਪਿਟਲ ਫਗਵਾੜਾ ਦੇ ਵਿੱਚ ਇਹ ਪੇਸ਼ੈਂਟ 11:58 'ਤੇ 27/5/22 ਨੂੰ ਇੱਥੇ ਸਿਵਲ ਹੋਸਪਿਟਲ ਫਗਵਾੜਾ ਦੇ ਵਿੱਚ ਆ ਗਿਆ। ਸਾਡੇ ਲਈ ਡਾਕਟਰ ਨੇ ਅਤੇ ਸਟਾਫ ਨਰਸਿਸ ਨੇ ਇਹਨਾਂ ਨੂੰ ਅਟੈਂਡ ਕੀਤਾ। ਬੱਚੇ ਨੂੰ ਜਿਹੜੀ ਪ੍ਰੈਗਨੈਂਸੀ ਦਾ ਦੂਸਰਾ ਬੱਚਾ ਸੀ, ਗ੍ਰੈਵਿਡਾ 2, 7.5 ਮਹੀਨੇ ਦੀ ਪ੍ਰੈਗਨੈਂਸੀ ਸੀਗੀ ਅਤੇ ਬੱਚਾ ਡਿਲੀਵਰ ਡਿਲੀਵਰੀ ਤੋਂ ਬਾਅਦ ਬਿਲਕੁਲ ਠੀਕ ਠਾਕ ਹੈ। ਜਿਹੜੀ ਪਲੇਸੈਂਟਾ ਅਤੇ ਮੈਂਬਰੇ ਜਿਹੜੀਆਂ ਉਹ ਇੱਥੇ ਆ ਕੇ ਐਕਸਪੈਲ ਕੀਤੀਆਂ, ਕੋਈ ਬਲੀਡਿੰਗ ਨਹੀਂ। ਬੱਚਿਆਂ ਡਾਕਟਰ ਡਾਕਟਰ ਰੇਸ਼ ਕੁੰਦਰਾ ਸਾਡੇ ਬਲੈਡੇਸ਼ਨ ਇੱਥੇ ਅਵੇਲੇਬਲ ਆ, ਉਹਨਾਂ ਨੇ ਦੇਖ ਲਿਆ ਅਤੇ ਇਸ ਟਾਈਮ ਸਾਡੇ ਕੋਲ ਹੋਸਪਿਟਲ ਐਡਮਿਟ ਆ। ਬੱਚਾ ਠੀਕ ਠਾਕ, ਮਦਰ ਠੀਕ ਠਾਕ। ਇਸ ਬਾਰੇ 'ਚ ਫਗਵਾੜਾ ਦੇ SMO ਦਾ ਕਹਿਣਾ ਹੈ ਕਿ ਜੱਚਾ ਬੱਚਾ ਦੋਵੇਂ ਤੰਦਰੁਸਤ ਨੇ ਅਤੇ ਇਹਨਾਂ ਨੂੰ ਅਗਲੇਰੀ ਮੈਡੀਕਲ ਸਹੂਲਤ ਦੇ ਲਈ ਇੱਥੇ ਹਸਪਤਾਲ ਵਿਖੇ ਦਾਖਲ ਕੀਤਾ ਗਿਆ। ਹਕੀਕਤ ਟੀਵੀ ਪੰਜਾਬੀ ਲਈ ਫਗਵਾੜਾ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ। ਮਰਦਾਨਾ ਕਮਜ਼ੋਰੀ ਦੂਰ ਕਰਨ ਵਿੱਚ ਮਾਹਿਰ ਵੈਦ ਸੁਰਿੰਦਰ ਕੁਮਾਰ 73472-80808। ਕਦੋਂ ਤੱਕ ਗੁਪਤ ਰੋਗਾਂ ਨੂੰ ਛੁਪਾਉਂਦੇ ਰਹੋਗੇ? ਹੁਣ ਜੀਵਨ ਸਾਥੀ ਸਾਹਮਣੇ ਸ਼ਰਮਿੰਦਾ ਨਹੀਂ ਹੋਵੋਗੇ, ਸ਼ਾਦੀਸ਼ੁਦਾ ਜੀਵਨ ਦਾ ਆਨੰਦ ਮਾਣੋ। ਮਰਦਾਨਾ ਕਮਜ਼ੋਰੀ, ਨਾ ਮਰਦੀ, ਨਸਾਂ ਦਾ ਢਿੱਲਾਪਨ, ਤਾਂਤ, ਸਿਗਰ ਪਤਨ, ਨਿਲ ਸਕਰਾਣੂਆਂ ਦਾ ਜੜ ਤੋਂ ਖਾਤਮਾ, ਬਚਪਨ ਦੀਆਂ ਗਲਤੀਆਂ ਜਾਂ ਸ਼ੂਗਰ ਜਾਂ ਵੱਧਦੀ ਉਮਰ ਦੇ ਕਾਰਨ ਆਈ ਸੈਕਸ ਕਮਜ਼ੋਰੀ, ਸਾਡੀ ਦਵਾਈ 100% ਸ਼ੁੱਧ ਆਯੁਰਵੈਦਿਕ ਹੈ, ਇਸਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੈ। ਦੇਸ਼ ਵਿਦੇਸ਼ ਦੇ ਵਿੱਚ ਦਵਾਈ ਭੇਜਣ ਦਾ ਖਾਸ ਪ੍ਰਬੰਧ, ਡਿਪਰੈਸ਼ਨ ਤੋਂ ਹੁਣ ਪਾਓ ਛੁਟਕਾਰਾ। ਪਤਾ ਨੋਟ ਕਰੋ, ਸਾਹਿਲ ਆਯੁਰਵੈਦਿਕ ਹੈਲਥ ਕੇਅਰ, 100 Footy Road, ਅੰਮ੍ਰਿਤਸਰ, ਪੰਜਾਬ। ਹੁਣੇ ਕਾਲ ਕਰੋ 73472-80808।